ਗੱਗੂ ਗੇਲ ਵਾਲੀ ਲੁੱਕ ਹੈਗੀ ਮਾੜੀ ਜੀ ਪੁਰਾਣਾ ਦਿਖਾਉਣਾ ਚਾਹੀਦਾ ਚਿਹਰਾ ਆਹ ਦੇਖੋ ਭਵਾਨ ਦੀ ਗੱਲਬਾਤ ਵੱਖਰੀ ਕਿ ਨੀ ਇੱਧਰ ਇੱਕ ਹੋਰੀ ਸਵੇਰੇ ਆਪਣਾ ਆਊਗਾ ਤੇਜਪਾਲ ਸੁਰ ਸਿੰਘ ਤੇ ਵੈਗਰੂ ਕਰਿਆ ਕਿਰਪਾ ਸਾਰੇ ਇੱਦਾਂ ਹੀ ਜਾਣ ਬਾਹਰ ਤੇ ਇੱਦਾਂ ਹੀ ਵੈਲਕਮ ਹੁੰਦਾ ਰਹੇ ਤੇ ਵੈਗਰੂ ਜੀ ਕਰਨ ਕਿਰਪਾ ਮਹਾਰਾਜ ਕੱਲ੍ਹ ਕਰਦੇ ਉਹਨੇ ਪਈਆਂ ਕਬੱਡੀਆਂ ਅੱਛਾ ਇੱਦਾਂ ਕਰਦਾ ਇਹ ਕਿੱਦਾਂ ਮਾਰਦਾ ਇਹ ਫਿਰ ਦੱਸੀ ਹੈ ਦੋ ਕਬੱਡੀਆਂ ਚੱਲੀਏ ਭਵਾਨ ਜੀ ਫਿਰ ਬਾਈ ਜੀ ਅੱਜ ਆਪਾਂ ਆਏ ਆਪਣੇ ਭਰਾ ਸੁਲਤਾਨ ਦੇ ਆਪਣਾ ਆਇਆ ਭਰਾ ਖੇਡ ਕੇ ਬਾਹਰੋਂ ਅਤੇ ਵੈਗਰੂ ਕਰਿਆ ਕਿਰਪਾ ਆਪਾਂ ਉਹਦੇ ਆਏ ਹਾਂ ਵੀਰ ਦਾ ਸਨਮਾਨ ਕਰਨ ਅਤੇ ਨਾਲ ਆਪਣੇ ਭਲਵਾਨ ਹੋਣੀ ਵੀ ਆ ਸਾਰੇ ਜਾਣੇ ਅਤੇ ਵੈਗਰੂ ਕਰਿਆ ਕਿਰਪਾ ਨਹਿਰ ਭਵਾ ਜੀ ਬਾਹਲੀ ਸਾਦੀ ਨਾ ਬਾਹਲੀ ਸਾਦੀ ਨਾ ਨਹਿਰ ਨਹਾਈਏ ਭਵਾਨ ਜੀ ਨਹਿਰ ਤਾਂ ਨਹਾਈਏ ਆਪਾਂ ਆਪਣਾ ਵੀਰ ਆਇਆ ਖੇਡ ਕੇ ਵੈਗਰੂ ਕਰੇਗੇ ਆਪਾਂ ਤੰਦਰੁਸਤੀਆਂ ਬਖਸ਼ੇ ਵੈਗਰੂ ਬੋਲੇ
ਸਕਣ ਸੁਖਨਪੁਰ ਨੂੰ ਵਧਾਈਆਂ ਮਾਤਾ। ਹਾਂਜੀ ਭੂਆ ਜੀ, ਦੋ ਚਾਰ ਗਰਮੀ ਕਿੰਨੀ ਅੱਜ ਖੁਸ਼ੀ ਜ਼ਿਆਦਾ ਭੂਆ ਜੀ, ਖੁਸ਼ੀ ਕੰਬੀ ਜਾਂਦੇ ਆ। ਭਵਾਨੀ ਸੋਨ ਚੜ੍ਹ ਗਿਆ ਜੇ ਅੱਜ ਨਹੀਂ, ਹੁਣ ਮੈਂ ਉਹ ਗਿਆ ਕੰਮ, ਤੁਸੀਂ ਕਿਹਾ ਨਾ ਯਾਦ ਕਰਾ ਦੇ। ਨਹੀਂ ਮੱਥਾ ਟੇਕੀਏ ਮਾਰ ਯਾਰ, ਮੈਨੂੰ ਪਤਾ ਨਹੀਂ ਕੀ ਚੱਕਰ ਸੀ। ਹਾਂਜੀ, ਪੁਰਾਣੇ ਰੁੱਖ ਵੇਖ ਕੇ ਨਾ ਇੱਦਾਂ ਮੇਰੀ ਰੂਹ ਖੁਸ਼ ਹੋ ਜਾਂਦੀ ਰੱਬ ਵੱਲੋਂ ਹੀ ਨਾ, ਜਿੱਦਾਂ ਵੇ ਐਂ ਜ਼ਿਆਦਾ ਬੋਲਦਾ ਹੁੰਦਾ ਯਾਰ, ਕਹਿੰਦਾ ਹੁੰਦਾ ਕੁਝ ਕਿਤੇ ਕਿਤੇ ਦੇਖਦੇ ਭਲਵਾਨ ਜੀ ਇਹੋ ਜਿਹਾ। ਨਿਮਰਤਾ ਬਹੁਤ ਹੀ ਜ਼ਰੂਰੀ ਭਲਵਾਨ ਜੀ, ਤਾਕਤ ਦੇ ਨਾਲ ਜ਼ਿੰਮੇਵਾਰੀਆਂ ਵੀ ਆਉਂਦੀਆਂ। ਭਲਾ ਕੀ ਚੱਕਰ, ਜਿਹੜੀ ਸੰਗਤ ਆਉਣਾ ਮੰਨ ਕੇ ਚੱਲ, ਆਪਾਂ ਸਾਰਿਆਂ ਪੈਸੇ ਲੈ ਜਾਣੇ ਸਾਰਿਆਂ ਨੂੰ, ਜਿਹੜੀ ਸੰਗਤ ਆਪਾਂ ਨੂੰ ਵੇਖਣ ਆਉਂਦੀ ਉਹਨੂੰ ਕਾਹਦਾ ਲਾਲਚ ਹੈ, ਲਾਲਚ ਹੈਗਾ ਕਾਹੇ ਦਾ? ਬਿਲਕੁਲ ਨਹੀਂ, ਜਦੋਂ ਆਪਾਂ ਨੂੰ ਕੋਈ ਕਮਾਉਂਦਾ ਉਹਨੂੰ ਹੱਸ ਕੇ ਕਵਾਓ ਗਾੜੀਆਂ। ਹਾਂਜੀ, ਇਹੀ ਚੀਜ਼ ਨਿਮਰਤਾ, ਹੋਰ ਕੀ ਹੁੰਦੀ? ਪਲੇਅਰ ਦੇ ਨਾਲ ਨਾਲ ਇਨਸਾਨ ਵੀ ਚੰਗਾ ਚਾਹੀਦਾ, ਉਹ ਘੁੰਮ ਘੁਮਾ ਕੇ ਸਾਰੀ ਗੱਲ ਬੜਾ ਕਿੱਥੇ ਆਉਂਦੀ। ਉਹ ਜਿਹੜੀ ਮੁੱਢਲੀ ਸਹਾਇਤਾ ਲਈ ਹੁੰਦੀ ਨਾ ਆਪਾਂ, ਜਦੋਂ ਆਪਾਂ ਸ਼ੁਰੂਆਤੀ ਦੌਰ ਹੁੰਦਾ ਆਪਣਾ, ਉਹ ਨਾ ਭੁੱਲੋ ਕਦੀ। ਜਿੰਨੇ ਮਰਜ਼ੀ ਤਕੜੇ ਹੋ ਜਾਓ ਤੁਸੀਂ, ਜਿੰਨੇ ਮਰਜ਼ੀ, ਪਰ ਜਿਹੜੇ ਬੰਦੇ ਦੇ ਸ਼ੁਰੂਆਤੀ ਦੌਰ ਹੈ ਨਾ, ਉਹਨੂੰ ਨਾ ਭੁੱਲੋ, ਫਿਰ ਸਾਰਾ ਕੁਝ ਹੋ ਜਾਂਦਾ। ਗਰਮੀ ਬੜੀ ਆ, ਪਰ ਉੱਥੇ ਗਏ ਹਾਂ, ਗਏ ਹਾਂ ਹਰਦੁਰ ਤੋਂ ਗਏ ਹਾਂ, ਇੱਕ ਗਰਮੀ ਹੋਣੀ ਤੇ ਇੱਕ ਏ ਸੀ ਨੇ, ਗੱਡੀ ਦਾ ਏ ਸੀ ਖਰਾਬ ਹੋ ਗਿਆ, ਅੱਜ ਚੀਕਾਂ ਵੱਜ ਗਈਆਂ। ਅਤੇ ਉੱਧਰੋਂ ਭਵਾਨ ਨੇ ਪੂਰਾ ਡੈਂਟਿਕ ਸ਼ੈਂਟਿਕ ਪੂਰਾ ਆਇਆ ਅੱਜ ਭਵਾਨ ਪੂਰਾ, ਅਤੇ ਉੱਧਰੋਂ ਘਰ ਤਾਂ ਲੰਡੀ ਜੀਪ 'ਚ, ਉੱਤੋਂ ਵਜੇ ਏ ਸੀ ਆ ਬਾਹਰ। ਕਿੱਦਾਂ ਯਾਰ ਕੁਸ਼ਤੀ ਸ਼ਾਮਾਂ ਨੂੰ ਕਹਿ ਦੇਣਾ, ਅੱਜ ਕੁਸ਼ਤੀ ਵਿਖਾ ਦਿੰਦੇ ਹਾਂ, ਬੜੇ ਚਿਰ ਦੇ ਦਰਸ਼ਨ ਖੀਰਲੀ ਕੁਸ਼ਤੀ ਹੋਣੀ ਕਹਿੰਦਾ ਖੀਰਲੀ ਕੁਸ਼ਤੀ। ਓਏ ਪਿੰਦੇ ਪਾਣੀ ਪਿਆਈ? ਉਹ ਬੜੇ ਟਾਈਮ ਤਾਂ ਦਰਸ਼ਕਾਂ ਨੂੰ ਆਖਿਆ ਮੈਂ ਵੀ ਭਗਵਾਨ ਆਪਣੀ ਕੁਸ਼ਤੀ ਇੰਨੀ ਤਰੀਕ ਮਹੀਨੇ ਤੇ ਮੈਂ, ਪਰ ਉਹ ਲੇਟ ਹੋ ਗਈ ਸਾਡੀ ਬਾਅਦ 'ਚ। ਅੱਛਾ, ਹੁਣ ਆਪਾਂ ਹੋਰ ਸਿੰਝ ਬੰਨੀ ਸੀ ਨਾ, ਤੂੰ ਬੱਧੀ ਸੀ ਆਪਾਂ, ਹੁਣ ਕਰ ਲਈ ਪਊਗੀ ਕਿ ਇੱਦਾਂ ਹੀ ਇੱਕ ਲੱਤ ਬੰਨ ਕੇ ਬਾਹ ਤੁਹਾਡੀ ਨਹੀਂ ਚੱਲਦੀ ਸੀ। ਤੂੰ ਪੱਬਾ ਸਾਰੇ ਜਾਣੇ ਮੈਨੂੰ ਢਾ ਲਿਓ, ਨਹੀਂ ਭਗਵਾਨ ਜੀ ਇਹ ਨੀ ਅਸੀਂ ਸਾਰੇ ਜਾਣੇ, ਭਗਵਾਨ ਜੀ ਦੱਸੋ ਤੁਹਾਨੂੰ ਧੰਮ ਤੇ ਫੱਪਦੇ ਜਦੋਂ ਯੁੱਧ ਦਾ ਮੈਦਾਨ ਹੁੰਦਾ ਨਾ ਉਹਦੇ ਚ ਨੀ ਕੋਈ ਹੁੰਦਾ, ਮੇਰਾ ਜੇ ਮੇਰੇ ਗਾੜੀ ਮੇਰਾ ਪਿਓ ਵੀ ਹੋਵੇ ਨਾ ਕਬੱਡੀ ਚ, ਮੈਂ ਉਹਦਾ ਵੀ ਲਿਹਾਜ ਨਾ ਰੱਖਾਂ,
ਕਬੱਡੀ ਚ ਜੁੱਧ ਦੇ ਮੈਦਾਨ ਚ ਕੋਈ ਚੇਲਾ ਨੀ ਕੋਈ ਗੁਰੂ ਨੀ ਮੈਂ ਤੁਹਾਨੂੰ ਦੱਸਾਂ ਪਾਊ ਫੜ ਕੇ ਮੈਨੂੰ ਰਗੜੋ ਚੰਗੀ ਤਰ੍ਹਾਂ ਮਾਂ ਅੱਛਾ ਮਾਂ ਭਾਜੀ ਮੈਂ ਤੁਹਾਨੂੰ ਦੱਸਦਾ ਭਾਜੀ ਤੁਹਾਡੀ ਇੱਕ ਲੱਤ ਤੇ ਬਾਹ ਹਿੱਲਣੀ ਬੰਨ ਇੱਕ ਹੀ ਗੱਲੂ ਤੁਹਾਡੀ ਜਦੋਂ ਗੇਮ ਹੋ ਗਈ ਨਾ ਗੇਮ ਓਪਜੇਟ ਹੋ ਗਿਆ ਆਪਾਂ ਜਦੋਂ ਮਨ ਹੋ ਗਿਆ ਫੇਰ ਨੀ ਜੈਲਸ ਨੀ ਰੱਖਣੀ ਮਨ ਚ ਉਦਾਂ ਗੇਮ ਦਿਖਾਓ ਗੇਮ ਚ ਮੈਂ ਤੁਹਾਨੂੰ ਦੱਸਾਂ ਗੇਮ ਭਲਾ ਕੀ ਹੁੰਦੀ ਆ ਤੁਹਾਨੂੰ ਮੈਂ ਦੱਸ ਗੇਮ ਦੇ ਮੀਨਿੰਗ ਭਲਾ ਕੀ ਹੁੰਦੀ ਗੇਮ ਇੰਨੀ ਸੱਚੀ ਸੁੱਚੀ ਚੀਜ਼ ਹੁੰਦੀ ਆ ਵੀ ਇਹ ਨਹੀਂ ਚੀਜ਼ ਹੁੰਦੀ ਕਿ ਅਗਲੇ ਬਣੇ ਆਪਣਾ ਪਿਓ ਹੋਣਾ ਅਤੇ ਆਪਾਂ ਇਹ ਹੁੰਦੀ ਆ ਇੱਕ ਸਮਝਾਉਣ ਵਾਸਤੇ ਵੀ ਮੈਂ ਸਿੱਧੂ ਨਹੀਂ ਕਿਸੇ ਨਾਲ ਹੋ ਸਕਦਾ ਵੀ ਅਗਲੇ ਬੰਨੇ ਮੇਰਾ ਪਿਓ ਹੋਵੇ ਇਹ ਚੀਜ਼ ਹੁੰਦੀ ਆ ਇਹ ਸਮਝਾਉਣ ਵਾਸਤੇ ਗੱਲਾਂ ਹੁੰਦੀਆਂ ਵੀ ਮੈਂ ਕਿਸੇ ਨਾਲ ਸਿੱਧੂ ਨਹੀਂ ਹੋਣਾ ਭਾਵੇਂ ਅਗਲੇ ਪਾਸੇ ਮੇਰਾ ਪਿਓ ਕਿਉਂ ਨਾ ਹੋਵੇ ਗੇਮ ਇੰਨੀ ਸੁੱਚੀ ਚੀਜ਼ ਆ ਸਹੀ ਗੱਲ ਆ ਠੀਕ ਆ ਹਾਂ ਹੁਣ ਤਗੜੇ ਹੋ ਮੈਨੂੰ ਚੋਲੇ ਵਾਲਾ ਮੈਨੂੰ ਕੀ ਨੀਲ ਕੀ ਨਾਲੇ ਭਾਜੀ ਸਾਨੂੰ ਓਦਾਂ ਨੀ ਸੁੱਟਣਾ ਸਿੱਧੀ ਗੱਲ ਜੇ ਪਿਆਰ ਜੇ ਨਾ ਇਹ ਨਾ ਸਾਡਾ ਹੋਰ ਅੰਦਰ ਤੁਹਾਡੇ ਤੁਸੀਂ ਬਲਛੇ ਦੋਵੇਂ ਬੈਠੇ ਜੇ ਗੱਡੀ ਆ ਰੱਬ ਕਿੱਥੇ ਆ ਇੱਧਰ ਵੀਰ ਨੇ ਲਈ ਆ ਪਹਿਲੀ ਗੱਡੀ ਦਾ ਮਾੜਾ ਏਸੀ ਨਹੀਂ ਚੱਲਦਾ ਅੱਜ ਆ ਗੱਡੀ ਲਈ ਯਾਰ ਬਰਫ ਚ ਮਾ ਦਿੰਦੀ ਯਾਰ ਮਤਲਬ ਸਿਰਾ ਸਾਰਾ ਕੁਝ ਚੱਲਦਾ ਸੀ ਸਾਰਾ ਕੁਝ ਚੱਲਦਾ ਵਾ ਜਦੋਂ ਤੁਸੀਂ ਦੋਵੇਂ ਬਲਛਣੇ ਬਹਿ ਗਏ ਤੇ ਕੁੜੀ ਸਵੇਤ ਹੀ ਉਹਦੀ ਖਰਾਬ ਕਰਦਾ ਭਾਜੀ ਇੱਕ ਮਿੰਟ ਜੋ ਸਾਡਾ ਉਸਤਾਦ ਕਹਿੰਦੇ ਸਾਡਾ ਉਸਤਾਦ ਕਹਿੰਦੇ ਬਲਛਣੇ ਵਿੱਚ ਤੋਂ ਭਾਈ ਬਲਛਣੇ ਹੀ ਹੈਗੇ ਬਲਛਣੇ ਨਹੀਂ ਬਸੋ ਭਾਜੀ ਨਹੀਂ ਕਿੰਨੀਆਂ ਗਾਲਾਂ ਕੱਢਦੀਆਂ ਤੂੰ ਪਤਾ ਲੱਗੇ ਤੈਨੂੰ ਘੱਟੋ ਘੱਟ 10 ਗਾਲਾਂ ਕੱਢੀਆਂ ਮਾੜੀ ਗਾਹ ਗਈ ਫਿਰ ਫੜਾ ਹੋਈ ਅਗਲੇ ਦਿਨ ਜਾ ਕੇ ਨਵੇਂ ਪਵਾ ਲੈਣੇ ਮੁਰਗੇ ਬਾਅਦ ਚ ਖਰਾਬ ਹੋਏ ਪਵਾ ਕੇ ਲੈਣੇ
ਪਹਿਲਾਉਣੇ ਜਦੋਂ ਚੂਲ ਠੋਕੀ ਵੀ ਤੇਰੇ ਹਰਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਜੀ, ਧੰਨ ਧੰਨ ਸ਼੍ਰੀ ਗੁਰੂ ਹਰ ਕ੍ਰਿਸ਼ਨ, ਧੰਨ ਧੰਨ ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ, ਧੰਨ ਧੰਨ ਚੱਡਾ ਮਾਰ ਦਿੰਦੇ ਕਦੀ ਕੱਪਾਂ ਦੇ ਨਾਲ, ਉਹ ਕਦੀ ਦੇਸੀ ਟੀਲਾਂ ਦੇ ਨਾਲ ਵੱਡਾ ਹੋਇਆ ਹੈ ਕਿ ਰੇਟਾਂ ਭਾਵੇਂ ਲੱਖ ਪੈਂਦੀ ਹੈ, ਗੱਲ ਜੱਫੀਆਂ ਤੇ ਮੁੱਕਣੀ ਹੈ, ਔਰ ਰੇਟਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਤੇ ਮੁੱਕਣੀ ਹੈ। ਵਿਸ਼ਰਪੁਰੀਆ ਭਾਦਲਾ ਜੇ ਬਗਲ ਚੜ ਗਈ, ਜੇ ਬਗਲ ਚੜ ਗਈ, ਜੇ ਬਗਲ ਚੜ ਗਈ, ਖੇਡ ਖੇਤੀ ਦਾ ਹੀਰਾ ਹੋਇਆ ਇੱਕ ਜਮ ਦਾ ਵਾਧਾ ਦੇ ਸਾਹਮਣੇ, ਖੇਡ ਮੈਦਾਨ ਦੇ ਇੱਕ ਕਲਸੀ ਦਾ ਚੇਲਾ, ਕਲਸੀ ਨੇ ਕਹਿੰਦੇ ਪੌਦਾ ਵਾਲਾ ਮਾਲਿਆ, ਦੂਜੀ ਸਾਈਡ ਤੇ ਕਹਿੰਦੇ ਉਹ ਜਾਨ ਫਰਨੀ ਪੜੀਆ ਮੱਦਰ ਮਰਵਾ ਭਾਗੀ ਬਾਬਾ ਲੱਛੀ ਰਾਮ ਜੀ ਦਾ ਜੋਰ ਮਿਲਿਆ, ਰਾਣਾ ਭੱਲੂ ਭਰਾ ਸੱਦੇ ਦਿੰਦਾ, ਗਲਾਮ ਮਾਦਰ ਹੁਣੇ ਸੱਦੇ ਦਿੰਦੇ ਆ, ਚਾਰ ਭਾਦਰਾ ਗੁਰਦੁਆਰਾ ਕੋਟਲ ਸਾਹਿਬ ਰਾਜੋ ਦੇ ਪਿੰਡ ਦੇ ਲੋਕ ਆ ਗਏ ਆ, ਪਰ ਤੱਕ ਦੇ ਖੇਡ ਮੈਦਾਨ ਦੇ ਉੱਤੇ ਇੱਥੇ ਰੱਖੋ ਨੌਜਵਾਨ ਜੈਮਲਾ ਸਾਰੇ ਪਿੰਡ ਦਾ ਭੰਡਾਰੇ ਮਰਾ ਦੇ ਟੱਕਰ ਹੋਰ ਕੋਈ ਗੁਰੂ ਉੱਪਰਾ ਮਾਇਆ ਸਿਰੇ ਦੀ ਟੱਕਰ ਹੋਏਗਾ